ਇੱਕ ਮਿੰਟ ਰੁਕੋ ਵੀਰੇ, ਸਾਰੀ ਕਮੇਟੀ ਵੱਲੋਂ ਮੈਂ ਚੱਲੂਗਾ। ਅੱਛਾ ਵੈਸੇ ਬਣਵਾ ਲਿਆ ਪੈਸੇ। ਲਿਓ ਜੀ, ਬਕੋਲੀ ਦੀ ਟੀਮ ਹੈ ਜੀ, ਪਹਿਲੀ ਟੀਮ ਚਲੀ ਗਈ ਜੀ ਸੈਮੀਫਾਈਨਲ ਮੇ। ਅਸਮੀਰ ਜਹਾਨਪੁਰਾ ਔਰ ਲੱਖੂ ਭੋਣਾ ਕੀ ਟੀਮ ਪਹੁੰਚੇ ਜੀ, ਲੱਖੂ ਭੋਣਾ ਕੀ ਟੀਮ ਪਹੁੰਚੇ ਜੀ ਔਰ ਅਸਮੀਰ ਜਹਾਨਪੁਰਾ ਕੀ ਟੀਮ ਪਹੁੰਚੇ ਜੀ। ਪੂਰੇ 2 ਮਿੰਟ ਦਾ ਟਾਈਮ ਹੈ ਜੀ, ਦੇਖੋ ਲੇਟ ਹੋ ਜਾਏਗਾ ਟੂਰਨਾਮੈਂਟ, ਮੌਸਮ ਖਰਾਬ ਹੈ, ਬਾਰਿਸ਼ ਵੀ ਆ ਸਕਦੀ ਹੈ ਜੀ। ਕੋਸ਼ਿਸ਼ ਹੈ ਕਿ ਟੂਰਨਾਮੈਂਟ ਸਫਲ ਹੋ ਜਾਏ, ਮਾਲਿਕ ਸੱਚੇ ਕੀ ਦਇਆ ਸੀ ਜੀ। ਤੋ ਰਿਕੁਐਸਟ ਹੈ ਜੀ, ਅਸਮੀਰ ਜਹਾਨਪੁਰਾ ਔਰ ਲੱਖੂ ਭੋਣਾ ਕੀ ਟੀਮ 2 ਨੰਬਰ ਗਰਾਊਂਡ ਪਰ ਟਾਈਮ ਸੇ ਪਹੁੰਚੇ ਜੀ। ਪੂਰੇ 2 ਮਿੰਟ ਦਾ ਟਾਈਮ ਹੈ ਜੀ। ਅਗਰ 2 ਮਿੰਟ ਕੇ ਅੰਦਰ ਨਹੀਂ ਪਹੁੰਚੇ ਤੋ ਕਮ ਪੁਆਇੰਟ ਹੋਗਾ, ਮੈਚ ਕਰਾ ਦਿਆ ਜਾਏਗਾ ਬਾਈ। ਅਸਮੀਰ ਜਹਾਨਪੁਰਾ ਔਰ ਲੱਖੂ ਭੋਣਾ ਕੀ ਟੀਮ ਪਹੁੰਚੇ ਬਾਈ। ਅਸਮੀਰ ਕੀ ਟੀਮ ਆ ਗਈ ਹੈ ਬਿਆਸ ਖੜੇ ਖੜੇ ਬਾਹਰ ਔਰ ਲੱਖੂ ਭੋਣਾ ਕੀ ਟੀਮ ਬਾਈ ਯਾਰ ਤਾਂ ਵਾ ਜਹਾਨਪੁਰੇ ਦੀ ਟੀਮ ਅਭਿਆਸ ਖੜੇ ਕਰ ਰਹੇ ਪਰ ਲੱਖੂ ਭੋਣਾ ਕੀ ਟੀਮ ਦੋਨੋਂ ਅਭਿਆਸ ਖੜੇ ਕਰ ਰਹੇ। ਰੈਫਰੀ ਸਾਹਿਬ ਪਹੁੰਚੇ ਬਾਈ, 2 ਨੰਬਰ ਗਰਾਊਂਡ ਪਰ ਰੈਫਰੀ ਸਾਹਿਬ ਪਹੁੰਚੇ। ਅਗਰ ਉਹ 2 ਰੈਫਰੀ ਸਾਹਿਬ ਅਭਿਆਸ ਖੜੇ ਕਰੇ ਬਾਈ, ਸਿੱਟੀ ਮਾਰਨਾ ਮੇਰੇ ਬਾਈ, ਮੈਂ ਤੁਹਾਨੂੰ ਕਰਾਉਚਰ ਸੇ ਦਿਲ ਲਿਖਣ ਲੱਗਿਆ ਬਾਈ ਜੀ। ਬੜੀ ਆਵਾਜ਼ ਹੈ ਛੋਟੂ ਮਾਜਰੇ ਕੀ ਬਾਈ। ਦੀਪਕ ਛਾਪਰ ਕਮੈਂਟੇਟਰ ਜਹਾਂ ਵੀ ਲਾਈ ਕੇ ਪਾਸ ਆ ਜਾਏ, ਦੀਪਕ ਛਾਪਰ ਸਟਾਰ ਕਮੈਂਟੇਟਰ। ਬਪੋਲੀ ਔਰ ਮੇਰੇ ਹਿਸਾਬ ਸੇ ਖੁਰਦੀ ਦੀ ਟੀਮ 2 ਟੀਮੇ ਸੈਮੀਫਾਈਨਲ ਮੇ ਪਹੁੰਚ ਚੁੱਕੀ ਹੈ ਜੀ। ਤੀਸਰੀ ਟੀਮ ਵੀ ਮੇਰੇ ਸੇ ਪਹੁੰਚੇਗੀ ਜੀ, ਜੋ ਅਜੀਤ ਤੀਤਰੋ ਔਰ ਕਮੇਟੀ ਖੇਲ ਰਹੀ ਹੈ। ਚੌਥੀ ਟੀਮ ਜਹਾਨਪੁਰੇ ਔਰ ਲਾਕੂ ਪੋਣੇ ਮੇਰੇ ਪਹੁੰਚੇਗੀ ਜੀ। ਰਾਮ ਰਾਮ ਜੀ। 11:07 ਕਾ ਦੋਸਤ 11:00 ਭਾਈ ਉਸਮਾਨ ਕੀਮਤੀ ਹਸਤਾ ਫਿਰ ਜੀਤਰ ਉਹ ਚਸਨਾ ਰੇ ਭਾਈ ਭਾਈ ਜਰੇਣਾ ਦਾ ਬੱਚਾ ਹੋਇਆ ਤੇ ਜੀ ਯਾਰ ਉਹ ਜੀ ਜੀ ਰੱਖਿਆ ਭਾਈ ਜੀ ਹੋਰ ਉਹਨਾਂ ਪਹਿਲੇ ਤਾਂ ਕਹਿੰਦੇ ਚਾਚੂ ਭਾਈ ਇਹਨੇ ਕੀ ਕਰੋ ਬਾਕੀ ਕਹਾਂ ਜਾਵੇਂਗੇ ਸਰਪੰਚ ਹੋਰ ਬੈਠੇ ਮਾਰੇ ਔਰ ਵਾਸਤਾ ਜੀ ਦੇਹੀ ਆਇਆ ਕਿਰਕਾਰ ਹੈ ਇਹ ਕਪੂਰ ਹੋ ਜਾਂਦਾ ਯਾਰ
ਚਾਹ ਕੀ ਮਾਰੇਗਾ ਵੀ ਵਧੀਆ ਬਾਲ ਆ ਬਾਈ ਕਮੇਟੀ ਵਾਲੇ ਬੰਦੇ ਕੀ ਨਾਮ ਹੈ ਜੀ ਦੀਪਕ ਦੇਸਵਾਲ ਬਹੁਤ ਵਧੀਆ ਬਾਲ ਲੜ ਗਈ ਬਾਈ ਬਾਈ ਚਿੱਤਾ ਸੈਮੀ ਫਾਈਨਲ ਮੈਂ ਚਲੇ ਗਿਆ ਮੁਹੰਮਦ ਤਾਲਿਬ ਜੀ ਵਧੀਆ ਬਾਲ ਛੋਟੂ ਮਾਜਰੇ ਗਈ ਬਾਈ ਹਾਂਜੀ ਲੱਖੂ ਬੋਣਾ ਔਰ ਅਜਮੇਰ ਜਹਾਨਪੁਰ ਦੀ ਟੀਮ ਅਗਰ ਪਹੁੰਚ ਗਿਆ ਤਾਂ ਮੈਂ ਸ਼ੁਰੂ ਕਰਾਇਆ ਰੈਫਰੀ ਸਾਹਿਬ ਵਧੀਆ ਬਾਲ ਹੈ ਛੋਟੂ ਮਾਜਰੇ ਕੀ ਬਾਈ ਧੂੰਦ ਵੀ ਆ ਗਈ ਹੈ ਕਬਦਰ ਹੈ ਬਾਈ ਵਹੀਂ ਦਿਆ ਕਬਦਰ ਨੇ ਬਾਈ ਮਨੂ ਰਾਣਾ ਜੀ ਜੋ ਵੀ ਟੀਮ ਨੇ ਜਿੱਤੇਗੀ ਉਹ ਸੈਮੀਫਾਈਨਲ ਪਹੁੰਚੇਗੀ ਇਸ ਤੋਂ ਪਹਿਲੇ ਖੁਰਦੀ ਔਰ ਬਪੋਲੀ ਦੀ ਟੀਮ ਸੈਮੀਫਾਈਨਲ ਪਹੁੰਚ ਚੁੱਕੀ ਹੈ ਚੌਥੀ ਟੀਮ ਲਾਖੂ ਪਾਣਾ ਔਰ ਸਮੀਰ ਜਹਾਨਪੁਰ ਮੇਂ ਸੇ ਜਾਏਗੀ ਜੀ ਸਰਪੰਚ ਜੀ ਤਾਂ ਚਲਦੀ ਇਤਨੀ ਸੀ ਆਊਟ ਆ ਬਾਈ ਆਪਨੇ ਪਤਾ ਜੀ ਇਸਕਾ ਉਹ ਥੋੜੀ ਹੋਗਾ ਇਹ ਕੰਮ ਮਾੜਾ ਵੀ
9000 ਫੋਨ ਚਾਰਜਿੰਗ ਕਰਕੇ ਲੈਣੇ ਚਾਹੀਦੇ, ਮੇਰੇ ਤਾਂ ਮਜਬੂਰੀ ਆ ਯਾਰ। ਹਰ ਕਹਿੰਦੇ ਬਾਲ ਤੇ ਖੇਡ ਕਹਿੰਦੇ ਮੁੜ ਕੇ ਰਾਈਟ ਹੈ ਕਦੇ ਅਜੀਬ ਪਿੱਛੋਂ ਆ ਸਰਵਿਸ ਕਰਦੇ ਤਿਆਰ ਤਿਆਰ ਚੋਦਰ ਤੇ ਨਾਲ ਕਹਿੰਦੇ ਮਾਜਰੇ ਖੇਡਦਾ ਛੋਟੂ ਖੇਡਦਾ ਸੈਂਟਰ ਦੇ ਵਿੱਚ ਤੇ ਨਾਲ ਆਊਟ ਕਹਿੰਦੇ ਮੁੰਡਾ ਅਦੀਬ ਅੱਗੇ ਹੋਇਆ ਤੇ ਨਾਲ ਪੰਨਾ ਕਹਿੰਦੇ ਬਾਗਰ ਕੋਸ਼ਿਕ ਨਾਸਤੀਆ ਦੁਨੀਆ ਇਹਦਾ ਕਹਿੰਦੇ ਕਾਰਨ ਪਿੰਡ ਹੈ ਤੇ ਨਾਲ ਦੂਜੇ ਪਾਸੇ ਨਾ ਟੱਕਰੇ ਵੀ ਕੋਹੜੇ ਪਿੰਡ ਵਾਲਾ ਬਾਬਾ ਤੇ ਨਾਲ ਮਨੀ ਘਾਸ ਲੱਗਿਆ ਹੋਇਆ ਕਹਿੰਦੇ ਲੁਧਾਣੇ ਪਿੰਡ ਵਾਲਾ ਹਰ ਕਹਿੰਦੇ ਚੱਲਦੇ ਸਮੇਂ ਦਾ ਬਹੁਤ ਟੌਪ ਦਾ ਮੁੰਡਾ ਨੱਚਦਾ ਇਹਨਾਂ ਦੇ ਕਹਿੰਦੇ ਡੀਪ ਚ ਦੇਸ਼ ਵੱਲ ਗਲਤੀ ਕਰ ਗਿਆ ਚਾਰਜਰ ਦੀਏ ਭਾਈ ਇੱਕ ਮਿੰਟ ਲੀਡ ਵੀ ਦਿਓ ਭਾਈ ਜੀ ਜੋ ਮੇਰੇ ਪਾਸ ਪਾਵਰ ਬੈਂਕ ਤਾਂ ਭਾਈ ਕਮੇਟੀ ਵਾਲੋਂ ਕਿਹਾ ਦੱਸ ਸਕਦੇ ਮੇਰੇ ਕੋ ਉਹ ਪਾਵਰ ਬੈਂਕ ਦੇ ਦੋ ਮੈਂ ਵਾਪਸ ਦੇ ਦੂੰਗਾ ਸੁਦਾ ਭਾਈ ਮੇਰੀ ਮਜਬੂਰੀ ਹੈ ਕੱਲ੍ਹ ਮੇਰੇ ਯਾਦ ਰਿਹਾ ਪਾਵਰ ਬੈਂਕ ਚਾਰਜਿੰਗ ਕਰਨਾ ਉਹ ਪਾਵਰ ਬੈਂਕ ਦੇ ਦੋ ਵਾਪਸ ਦੇ ਦੂੰਗਾ ਭਾਈ ਜੀ 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 ਭਾਈ ਦਾ ਪਾਵਰ ਬੈਂਕ ਦੇ ਦੋ ਮੇਰੇ ਕੋ ਸੁਬਹ ਦੇ ਦੂੰਗਾ ਭਾਈ ਜੀ ਮੈਂ ਦੇਣਾ ਭਾਈ ਜੀ ਅਗਰ ਜਿਸ ਭਾਈ ਦਾ ਪਾਵਰ ਬੈਂਕ ਤਾਂ ਉਹ ਰਿਕੁਐਸਟ ਆ ਭਾਈ ਜੀ ਆ ਜੋੜ ਕੇ ਜਿਸ ਵੀ ਭਾਈ ਦਾ ਪਾਵਰ ਬੈਂਕ ਉਹ ਮੈਂ ਸੁਬਹ ਦੇ ਦੂੰਗਾ ਭਾਈ ਜੀ ਸਕੋਰ ਕਰ ਭਾਈ ਸਕੋਰ 5-3 ਪਾਂਚ ਤੀਨ ਕਾ ਸਕੋਰ ਹੈ ਜੀ ਪਾਂਚ ਛੋਟੂ ਮਾਜਰਾ ਵਿਦ ਅਜੀਮ ਤੀਤਰੋਂ ਔਰ ਤੀਨ ਹੈ ਜੀ ਬਾਬਾ ਘੋੜਾ ਕੇ ਮੈਂ ਤਾਂ ਸਮਾਂ ਚਾਰਜ ਕਰ ਤਿਆਰੀ ਕਰਨ ਲਈ ਪੈਣੀ ਆ ਮਿੱਤਰਾ ਕਿਉਂਕਿ ਆਓ ਕਹਿੰਦੇ ਆਪਣਾ ਹੀ ਟੂਰਨਾਮੈਂਟ ਦੇ ਕਮਾਲ ਦੇ ਕਰਨੀ ਹੀ ਪੈਣੀ ਹੈ ਔਰ ਜਿਹੜਾ ਕਹਿੰਦੇ ਚੋਕਰ ਖੇਡਦਾ ਉਧਰਲੇ ਪਾਸੇ ਸੈਂਟਰ ਦੇ ਵਿੱਚ ਦੁਨੀਆ ਬਾਬਾ ਬਾਬਾ ਕਹਿੰਦੀ ਹੈ ਕਹਿੰਦੇ ਖੇਡ ਬਾਲੀ ਵਾਲ ਦੇ ਵਿੱਚ ਬਾਬਾ ਜੀ ਦੀ ਗੁਰਤੀ ਮਿਲੀ ਹੈ ਵੀ ਕੋਹੜਾ ਪਿੰਡ ਹੈ ਤੇ ਦੁਨੀਆ ਬਾਬਾ ਕਹਿੰਦੀ ਹੈ ਪਿਆਰ ਨਾਲ ਔਰ ਨਾਲ ਕਹਿੰਦੇ ਸਟੀਚ ਲੱਗਿਆ ਹੋਇਆ ਬਣਵਾਲਾ ਤੇ ਚਰਚੇ ਕਹਿੰਦੇ ਹੁੰਦੇ ਆ ਉਹ ਕਹਿੰਦੇ ਬੰਦੇ ਆ ਨੋਇਡਾ ਦੀ ਟੀਮ ਹਾਰ ਗਈ ਸੀ ਬਈ ਅਨੂਪ ਭੱਟੀ ਜੀ ਕਹਿੰਦੇ ਮਾਜਰੇ ਵਾਲਾ ਹੈ ਤੇ ਦੁਨੀਆ ਵਾਲੇ ਕਹਿੰਦੇ ਚੰਦ ਇਸ ਸਮੇਂ ਦਾ ਸਟਾਫ ਕਿਨਾਰੀ ਹੈ ਤੇ ਬੱਚਾ ਬੱਚਾ ਕਹਿੰਦੇ ਮਰੀਦ ਬਣਾਇਆ ਹੋਇਆ ਚੋਕਰ ਲਈ ਮੈਂ ਵੀ ਕਹਿੰਦੇ ਇਹਨਾਂ ਦਾ ਕਿਤੇ ਮੰਤਰੀ ਆਏ ਤੇ ਕੱਟ ਹੁੰਦਾ ਹੈ ਜਿੰਨਾ ਇਸ ਚੋਕਰ ਦੀ ਖੇਡ ਦੇਖਣ ਦੇ ਲਈ ਹੈ ਇਹਨਾਂ ਖੇਡ ਗਰਾਉਂਡਾਂ ਦੇ ਵਿੱਚ ਕੱਟ ਚੁੱਕਾ ਹੈ ਗੱਲ ਤੇ ਪੱਕੀ ਹੈ
ਔਰ ਕਦੇ ਟੀਕਾ ਵਾਲੇ ਨੇ ਫੇਰ ਸਰਵਿਸ ਕਰ ਦਿੱਤੀ ਹੈ ਤੇ ਨੰਬਰ ਔਰ ਕਹਿੰਦੇ ਕਿਹਨੇ ਜੋੜਨਾ ਉਹਦੇ ਗੱਲ ਕਹਿੰਦੇ ਟਾਈਮ ਟਾਈਮ ਦਈਆ ਹੈ ਬਈ ਕਹਿੰਦੇ ਕੁੱਲ ਹੈ ਜਵਾਨ ਦਾ ਤੇ ਖਰੇ ਵੀ ਕਿਸਾਨ ਦਾ ਤੇ ਮੌਕੇ ਉੱਤੇ ਛੱਡੇ ਔਰ ਸੱਚ ਝੂਠ ਦਾ ਨਿਤਾਰਾ ਅਜੀਮ ਦਾ ਭਰਾ ਹੈ ਕਹਿੰਦੇ ਆਓ ਨਾਲ ਕਹਿੰਦੇ ਰਸ਼ੀਅਨ ਟੈਂਕ ਲੱਗਿਆ ਹੋਇਆ ਖੇਡ ਵਾਲੀਬਾਲ ਦਾ ਦੁਨੀਆ ਤੀਤਰੋਂ ਦੇ ਵਾਸੀਪ ਨੂੰ ਖੇਡ ਵਾਲੀਬਾਲ ਦਾ ਰਸ਼ੀਅਨ ਟੈਂਕ ਆਉਂਦੀ ਹੈ ਤੇ ਕਹਿੰਦੇ ਨੰਬਰ ਆਓ ਕਹਿੰਦੇ ਇੱਕ ਹੋਰ ਨਵੀਂ ਨੰਬਰ ਕਿੰਨੇ ਕਿੰਨੇ ਹੋ ਗਏ ਇੱਕ ਵਾਰ ਉਠਾਣਾ ਜੀ ਸਾਤ ਔਰ ਤੀਨ ਕਿਆ ਬਾਤ ਹੈ ਔਰ ਕਹਿੰਦੇ 15 ਪੁਆਇੰਟਾਂ ਦੇ ਮੈਚ ਦੇ ਵਿੱਚੋਂ ਔਰ ਕਹਿੰਦੇ ਲਗਭਗ ਆਧੇ ਨੰਬਰ ਚੋਪਰਾਂ ਨੇ ਇਕੱਠੇ ਕਰ ਲਏ ਹੈ ਕਹਿੰਦੇ ਫੇਰ ਆਓ ਕਹਿੰਦੇ ਬਾਬਾ ਫੇਰ ਵਾਲੀਬਾਲ ਦਾ ਕਹਿੰਦੇ ਸਪਾਦਾਂ ਵਰਗਾ ਖਿਡਾਰੀ ਹੈ ਤੇ ਕਹਿੰਦੇ ਗੱਲਾਂ ਬਾਤਾਂ ਲੱਗਦੀਆਂ ਨੇ ਟਿਕਾਣੇ ਸਾਡੀ ਜ਼ਿੰਦਗੀ ਦਾ ਨਾਮ ਆਸੂ ਤੋਸ ਪੜੋਦੀ ਵਾਲੀਬਾਲ ਲਾਈਵ ਆਸੂ ਬਾਈ ਵੀ ਸਾਡਾ ਲਾਈਵ ਦੇ ਨਾਲ ਜੁੜ ਗਿਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਆਇਆਂ ਨੂੰ ਵੈਲਕਮ ਹੈ ਜੀ ਅਸੂ ਕੋਸ ਤੋਂ ਦੀ ਵਾਲੀਬਾਲ ਲਾਈਵ ਗੌਰਵ ਬੜੰਦੀ ਵਾਸਤੇ ਔਰ ਨਾਲ ਗੌਰਵ ਬੜੰਦੀ ਵਾਸਤੇ ਉਹ ਵੀ ਭਾਈ ਸਾਡਾ ਜੁੜਿਆ ਬੈਠਾ ਲਾਈਵ ਦੇ ਨਾਲ ਔਰ ਕਹਿੰਦੇ ਮੁੰਡੇ ਨੇ ਜਦੋਂ ਜਦੋਂ ਖੇਡ ਵਾਲੀਬਾਲ ਨੂੰ ਖੇਡਿਆ ਤੇ ਕਹਿੰਦੇ ਯਾਰ ਪੂਰੇ ਚਾਵਾਂ ਦੇ ਨਾਲ ਖੇਡਿਆ ਹੈ ਜਰਚੇ ਕਰਾਇਆ ਤੇ ਕਹਿੰਦੇ ਕਦੀ ਖੁਰਦੀ ਵਾਲੇ ਭੀਮ ਹੋਣਾ ਦੇ ਨਾਲ ਰਲ ਮਿਲ ਕੇ ਬਾਅਦ ਆਓ ਕਹਿੰਦੇ ਕਮਾਲ ਕਰੀਏ ਦੇ ਵੱਡੇ ਵੱਡੇ ਕੱਪਾਂ ਦੇ ਉੱਤੇ ਆਓ ਕਹਿੰਦੇ ਚਰਚੇ ਕਰਾਏ ਗੱਭਰੂਆਂ ਨੇ ਔਰ ਇਧਰਲੇ ਪਾਸੇ ਵੀ ਮੈਂ ਤੱਕਰਿਆ ਵੀ ਬਾਬਾ ਕੋੜੇ ਵਾਲਾ ਤੇ ਕਹਿੰਦੇ ਕਮਾਲ ਕਰ ਗਿਆ ਰਾਹੁਲ ਗੁਰਦੀ ਦੀ ਟੀਮ ਸੈਮੀਫਾਈਨਲ ਪਹੁੰਚ ਚੁੱਕੀ ਹੈ ਜੀ।
ਓਕੇ ਜੀ, ਬਰਾਬਰ 7 ਦਾ ਸਕੋਰ ਹੈ ਜੀ। ਬਾਬਾ ਜੀ ਤੋਂ ਬਸ ਸ਼ੋਟ ਮਾਰੇਗਾ ਤੋਂ 100 ਰੁਪਿਆ। ਬਾਬਾ ਦੀਪਕ ਕੋ ਸ਼ੋਟ ਮਾਰੇਗਾ, ਦੀਪਕ ਸ਼ੋਟ ਮਾਰੇਗਾ ਨਾ, ਦੀਪਕ ਕੋ ਸ਼ੋਟ ਮਾਰੇਗਾ ਤੋਂ ਕੌਣ ਮਾਰੇਗਾ? ਬਾਬਾ ਬਾਬਾ ਵੀ ਉਂਗਲੀ ਖੇਰਾ, ਵੀ ਉਂਗਲੀ ਖੇਰਾ ਨੂੰ ਜਿੱਤ ਮਾਰੇਗਾ। ਬਾਬਾ ਵੀ ਉਂਗਲੀ ਛੋਟੂ ਦੀਪਕ ਕੋ ਸ਼ੋਟ ਮਾਰੇਗਾ। ਹਾਂ ਠੀਕ ਹੈ ਜੀ। ਜੇ ਮਾਜਰੇ ਦਾ ਛੋਟੂ ਦੀਪਕ ਦੇਸ਼ਵਾਲ ਦੇ ਹੱਥਾਂ ਦੇ ਵਾਲ ਲਾਦਾ ਹੈ, ਫਿਰ ਕਹਿੰਦੇ 100 ਦੇ ਨਾਲ ਮਾਨ ਹੋਣਗੇ। ਬਾਬਾ ਗੋੜਾ ਜੀ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ 2100 ਦੀ ਨਗਦ ਰਾਸ਼ੀ ਦੇ ਨਾਲ ਰਾਮੇਰ ਬਣਵਾਲਾ ਜੀ ਦੇ ਵੱਲੋਂ ਕੀਤਾ ਜਾਵੇਗਾ। ਜੇਕਰ ਚੱਲਦੇ ਮੈਚ ਦੇ ਵਿੱਚੋਂ ਟੀਮ ਜਿੱਤ ਜਾਂਦੀ ਹੈ, ਸੈਕਟਰ 7 ਪਾਣੀਪਤ ਦੀ, ਫਿਰ ਗੱਲਾਂ ਕਹਿੰਦੇ 2100 ਦੇ ਮਾਨ ਸਨਮਾਨ ਦੇ ਨਾਲ ਹੋਣਗੀਆਂ ਕੋੜੇ ਪਿੰਡ ਦੇ ਬਾਬਾ ਜੀ ਦੀਆਂ। ਤੇ ਜੇ ਚੱਲਦੇ ਮੈਚ ਦੇ ਵਿੱਚੋਂ ਜਿੱਤ ਗਏ ਫਿਰ 2100 ਦੇ ਮਾਨ ਸਨਮਾਨ। ਭਾਈ ਥੋੜਾ ਜਿਹਾ ਪਿੱਛੇ ਹੋ ਜਾ, ਭਾਈ ਲਾਈਨ ਸੇ ਥੋੜਾ ਪਿੱਛੇ ਹੋ ਜਾ, ਭਾਈ ਹਾਂ ਥੋੜਾ ਜਿਹਾ ਪਿੱਛੇ ਹੋ ਜਾ, ਮੇਰਾ ਭਾਈ ਬਣ ਗਿਆ, ਕਿਆ ਬਾਤ ਹੈ ਯਾਰ। ਵਾਹ ਜੀ ਵਾਹ, ਔਰ ਬਾਤ ਜਿਹੜੀ ਆਊਟ ਹੈ ਨੰਬਰ ਬਰਾਬਰ ਅੱਠ ਹੋ ਗਈ, ਕਰੇ ਤਾੜੀਆਂ ਮਾਰਦੇ ਯਾਰ ਜ਼ੋਰਦਾਰ ਪੁਜਾ ਦੇ ਲਈ। ਨਵੀਂ ਕਮਾਲ ਦੀਆਂ ਦੋਵਾਂ ਟੀਮਾਂ ਦੇ ਕਹਿੰਦੇ ਹੌਕੇ ਦੇ ਕਮਾਲ ਦਾ ਮੈਚ ਖੇਡਿਆ ਜਾ ਰਿਹਾ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ। ਵੀ ਕਹਿੰਦੇ ਉਹ ਜਿਹੜਾ ਬੈਠਾ ਦੇਖੋ ਵੀਲ ਚੇਅਰ ਦੇ, ਕੋਈ ਕਦੇ ਹੋਣਾ ਬਾਬਾ ਥੋੜੀ ਬਾਜੀ ਖੇਡਦਾ ਤੇ ਅੱਖਾਂ ਵਿੱਚ ਜੀਵੇ ਅੱਜ ਉਹ ਸੈਨੀ ਜੋਤ ਹੋਈ ਆ ਤੇ ਮੇਰਾ ਸੀ ਮੇਲੇ ਅੱਜ ਕਦੇ ਮੇਲਣਾ, ਕੋਈ ਹੋਣਾ ਨੀ ਜਵਾਨੀ ਵਿੱਚ ਤਾਪ ਚੜਿਆ ਤੇ ਅੱਜ ਜਿਹਦੇ ਬੋਝੇ ਚ ਦਵਾਈਆਂ ਰਹਿੰਦੀਆਂ, ਬਈ ਸਦਾ ਨੀ ਹਾਲਾਤ ਰਹਿੰਦੇ ਆਉ ਮਾੜੇ ਬੰਦੇ ਦੇ ਤੇ ਸਦਾ ਨੀ ਉਹ ਬੰਦੇ ਆ ਬਈ ਚੜਾਈਆਂ ਰਹਿੰਦੀਆਂ ਗੱਲ ਤੇ ਆਉ ਕਹਿੰਦੇ ਪੱਕੀਆਂ ਕੀਤੀ ਕਰੇ ਵਾਲਦੀ ਐਣ ਕਹਿੰਦੇ ਫੱਟੇ ਜਗੱਟੇ ਹੋਏ ਆਉ ਕਿੱਲ ਵਰਗੀ ਆ ਤੇ ਕਹਿੰਦੇ ਦੇਸ਼ਵਾਲ ਨੇ ਕਮਾਲ ਕਰ ਦਿੱਤੀ ਆ ਤੇ ਨੰਬਰ ਆਉ ਚੋਬਰ ਨੇ ਜੋੜ ਦਿੱਤਾ ਆਪਣੀ ਟੀਮ ਦੇ ਖਾਤੇ ਦੇ ਵਿੱਚ।
ਬਹੁਤ ਬੱਲੇ 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 ਹੈ। ਬਾਬਾ ਕਹਿੰਦੇ ਟਰਾਈ ਤਾਂ ਕਰਦਾ ਹੈ ਪਰ ਕਹਿੰਦੇ ਗੱਲ ਦਾ ਬਈ ਕੋਈ ਲੱਗੇ ਨੀ ਟਿਕਾਣੇ ਲੈ ਵੀ ਰਸ਼ੀਆ ਨੇ ਟੈਂਕ ਇੱਕ ਅੱਧੀ ਚੱਟੀ ਦੇ ਤੌਰ ਵੀ ਪੈਣੀਆਂ ਜਿੱਦਾਂ ਪੜ ਕੇ ਦੇ ਤੌਰੇ ਪਾਸੇ ਮੁੰਡਾ ਨੇ ਕਹਿੰਦੇ ਕਮਾਲ ਕਰ ਗਿਆ ਤੇ ਨੰਬਰ ਕਹਿੰਦੇ ਦੋ ਜੋੜ ਗਿਆ ਲਗਾਤਾਰ ਲੈ ਵੀ ਦੱਸ ਹੋ ਗਏ ਦਸ ਔਰ ਆਠ ਕਿਆ ਬਾਤ ਹੈ ਕਿੰਨਾ ਮਾਰੀ ਬਾਲੀਆ ਸਹੀ ਨਾਮ ਨੇ ਪੀ ਯੂ ਪਿਸ ਦਾ ਹੈ ਉਸ ਟੀਮ ਦੇ ਕੌਣ ਸੀ ਨਾ ਇਹ ਇੰਗਾ ਸੇਵਾ ਨਾ ਵੀ ਥੋੜੀ ਅਗਲਾ ਸਕੋਰ ਪਤਾ ਕਰੀਏ ਦੀਪਕ 11-8 ਦਾ ਸਕੋਰ ਹੈ ਜੀ 11-8 ਓਕੇ ਜਿਹੜੀ ਕੋਹੜੇ ਪੀਣ ਵਾਲਾ ਬਾਬਾ ਗਲਤੀ ਕਰ ਗਿਆ ਤੇ ਨਾਲ ਕਹਿੰਦੇ ਬਹੁਤ ਵਧੀਆ ਨਜ਼ਾਰਾ ਸ਼ਹਿਰ ਪਾਣੀ ਪਾਤਾ ਕਹਿੰਦੇ ਤੇ ਕਹਿੰਦੇ ਟਾਈਮ ਤੜਕੇ ਦਾ ਤੇ ਇੱਕ ਪਾਸੇ ਕਹਿੰਦੇ ਰੇਲ ਦੀ ਕਹਿੰਦੇ ਪਟਰੀ ਨਿਕਲਦੀ ਹੋਈ ਜਾਂਦੀ ਆ ਤੇ ਦੂਜੇ ਪਾਸੇ ਹਾਈਵੇ ਰੋਡ ਹੈ ਐਂਡ ਕਹਿੰਦੇ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਹੈ ਤੇ ਨੰਬਰ ਕਹਿੰਦੇ ਮਾਜਰੇ ਵਾਲਾ 10 ਨਾਲ ਜੋੜ ਗਿਆ ਲੈ ਵੀ 10 ਤੇ 11 ਦੀ ਟੱਕਰ ਲੈ ਵੀ ਦੇਖ ਵੱਲ ਤਗੜਾ ਹੋਣਾ ਪੈਣਾ ਟਕਰਾ ਹੁਣ ਗਏ ਆ ਹੁਣ ਤੇ ਕੋਈ ਟੌਪ ਦੀ ਵਾਰ ਲਾਉਣੀ ਪੈਣੀ ਆ ਫੇਰ ਜਾ ਕੇ ਗੱਲਬਾਤ ਕਿਤੇ ਬਣ ਸਕਦੀ ਹੈ ਗੱਲ ਤੇ ਪੱਕੀ ਹੈ ਬੱਲੇ 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 ਬੜਾ ਬੜਾ ਬੜੀਆ 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 ਬ
ਬੜੀਆ ਬਾਲ ਹੈ ਬਾਬਾ ਘੋੜੇ ਕੀ ਬਾਈ ਕਦੀ ਕੋ ਟਰਾਈ ਕਰ ਰਿਹਾ ਅੰਦਰ ਲੱਗੀ ਗਈ ਪਗਲੂ ਅੰਦਰੋਂ ਬਾਬਾ ਅੰਦਰ ਲੈ ਜਾ ਇਸ ਖੇਲ ਮੈਂ ਦਿੱਲੀ ਦਿੱਲੀ ਬਾਲ ਵਾਲਾ ਬੜਾ ਮਜ਼ਾ ਆ ਇਸ ਵਾਲ ਪੈ ਪਲਟ ਗਿਆ ਜੀ ਹਾਂ ਇੱਕ ਦਿਨ ਅਸਤਾ ਜੀ ਹੋਰ ਗਾ ਬੜੇ ਸਵਾਦ ਬੰਦੇ ਹੋ ਨਾ ਗਵਾਣੇ ਵਾਲੇ ਰੱਖਦੀ ਹਾਂ ਢਿੱਲੀ ਢਿੱਲੀ ਗੇ ਰੱਟੂ ਚੱਕੀ ਚੱਕੂ ਚੱਕੀ ਬੜੀਆ ਬਾਲ ਹੈ ਜਿਮ ਤੀਤਰੋ ਵੀ ਤੇ ਸਹੀ ਗਾ ਰੋਹਿਤ ਭਾਈ ਯਹੀ ਮਾਰਾ ਵਾਲੀ ਬੰਦਾ ਜ਼ਾਇਦ ਹੋ ਵੀ ਦੀਆ ਦਾ ਉਦੋਂ ਬਾਅਦ ਮੈਂ ਦੂਸਰਾ ਇੱਕ ਪਲੇਅਰ ਹੋਰ ਖੜਾ ਕਰ ਲਿਆ ਜੀ ਕਰਦਾ ਇੱਕ ਪਲੇਅਰ ਹੋਰ ਖੜਾ ਕਰ ਲਿਆ ਮੈਂ ਉਹ ਰਾਈਟ ਦੀ ਫਾਉਲ ਕਰਦਾ ਪਰ ਫਿਰ ਮਾਰੀ ਲਾਈਟ ਦੇ ਉੱਪਰ ਬਾਲ ਨਹੀਂ ਬਣ ਜੋ ਹੋਰ ਲੈ ਵੀ ਤੋਂ ਨਹੀਂ ਕੇ ਬਾਅਦ ਰੋਹਿਤ ਸ਼ਰਮਾ ਨੇ ਤਾਂ ਵਾਰ ਟੇਬਲ ਟਕਾ ਮੈਂ ਬੋਲੀ ਫਿਰ ਬਾਬਾ ਹੋਈ ਪਈ ਓਏ ਤਕੜੀ ਬਾਲ ਹੈ ਬਾਬੇ ਘੋੜੇ ਕੀ ਬਈ ਉਹੀ ਚੇਂਜ ਦੇ ਲਈ ਵਾਹ ਬਈ ਵਾਹ ਬਾਬਾ ਨਾ ਬਾਤ ਨਾ ਕੋਈ ਨਹੀਂ ਅਰੇ ਵਾਹ ਕਿੱਤਾ ਤੋਂ ਹੀ ਗਾਇਆ ਸਮਾਨ ਜਿਹੜੇ ਬਾਹਰ ਯਾਰ ਕਿੱਤਾ ਸੁਣ ਕੇ ਆ ਗੱਡੀ ਵਾਲੀ ਕੀ ਪੁਆਇੰਟ ਹੈ ਜਹਾਨਪੁਰਾ ਜਿੱਤਾ ਜੀਤ ਗਈ ਜਹਾਨਪੁਰਾ ਜੀਤ ਗਈ ਬਈ ਜਹਾਨਪੁਰਾ ਮੈਂ ਕੌਣ ਕਰਾ ਪਰਚੀ ਡਾਲ ਕੇ ਟਪਾ ਪਹਿਲਾਂ ਸੈਮੀਫਾਈਨਲ ਕਰਾਉਣਾ ਥੰਪਰਾ ਆਪਾਂ ਵਿਨਰ ਲਿਖ ਦੋ ਨਾ ਗਰਾਊਂਡ ਨੰਬਰ ਦੋ ਵੀ ਬਈ ਦੀਪਕ ਹਾਂ ਜੀ ਆ ਲਿਓ ਲਿਓ ਕਰ ਫਿਰ ਬਣਾ ਪਰਚੀ ਲੈ ਕਾਪੀ ਪੈਨ ਸੋ ਭਾਈ ਕਰੇ ਜੀ ਪੁਆਇੰਟ ਕੀ ਹੈ ਪੁਆਇੰਟ ਯਾ ਜੀ 11 12 ਕੀ ਕੁਛ ਕਰੀ ਹੈ ਸਚਿਨ ਰਾਣਾ ਨਾਲ ਰੋਕੀ ਜੈਰਾਮਪੁਰ ਰਾ ਜੀ ਸਚਿਨ ਰਾਣਾ ਲੱਖੂ ਭਾਣੇ ਦਾ ਆ ਔਰ ਲੱਖੂ ਭਾਣਾ ਸਵੀਰ ਜਹਾਨ ਰਾਣਾ ਜੀ ਨਹੀਂ ਹੈ ਨਾ ਬਾਤ ਸਕੋਰ ਹੋ ਗਿਆ ਬੜੀਆ ਬਾਲ ਹੈ ਭਾਈ ਸੇਟੀ ਪਨਵਾਲਾ ਜੀ ਬਹੁਤ ਬੜੀਆ ਬਾਲ ਹੈ ਜੀ ਰਾਮ ਰਾਮ ਜੀ ਸੰਦੀਪ ਪਨਵਾਰ ਜੀ ਪਨਵਾਰ ਕਰੇ
ਵਧੀਆ ਬਾਲ ਆਵੇ ਛੋਟੂ ਮਾਜਰੇ ਕੀ ਬੜੀ ਬਾਲ ਹੈ ਛੋਟੂ ਮਾਜਰਾ ਕੀ ਭਾਈ ਬੜੀ ਪਰਚੇ ਬਾਈ ਦੇ ਲੈ ਮਾਈਕ ਇੱਕ ਵਾਰੀ ਮਾਈਕ ਨਹੀਂ ਬੰਦ ਭਾਈ ਸੈਮੀ ਫਾਈਨਲ ਕੀ ਟਾਈਆਂ ਡਾਲਨੇ ਲੱਗ ਰਿਹਾ ਭਾਈ ਅਗਰ ਕੋਈ ਭਾਈ ਦੇਖਣਾ ਚਾਹਤਾ ਦੇਖ ਸਕਦਾ ਵਰਨਾ ਲਾਈਵ ਪੇ ਦੇਖ ਲੈ ਭਾਈ ਰਾਹੁਲ ਖੁਰਦੀ ਅਸਮੀਰ ਜਹਾਨਪੁਰਾ ਔਰ ਬਪੋਲੀ ਹੈ ਤਿੰਨ ਟੀਮੇ ਸੈਮੀ ਫਾਈਨਲ ਮੈਂ ਜੀ ਚੌਥੀ ਟੀਮ ਦੋਨੋਂ ਮਹਿ ਜਾਏਗੀ ਭਾਈ
ਬੋਲੀ ਕੀ ਟੀਮ ਹੈ ਸਕੋਰ ਕਿਉਂ ਕਿਹਾ ਬਾਈ ਉੱਪਰ